ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ Infosys ਵੱਲੋਂ ਜਾਰੀ ਕੀਤਾ ਗਿਆ ਹੈ ਜੀ ਵਰਕ ਫਰੋਮ ਹੋਮ ਇਹ ਜਿਹੜਾ ਤੁਹਾਡਾ ਰਹਿਣ ਵਾਲਾ ਹੈ ਇਸ ਦੇ ਵਿੱਚ ਕਿਸੇ ਵੀ ਏਜ ਗਰੁੱਪ ਕਿਸੇ ਵੀ ਸਿਟੀ ਕਿਸੇ ਵੀ ਕੁਆਲਿਫੀਕੇਸ਼ਨ ਵਾਲੇ ਕੈਂਡੀਡੇਟ ਨੇ ਓ ਕੁਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਕਿੱਦਾਂ ਅਪਲਾਈ ਕਰਨਾ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਗੇ ਮੈਂ ਵੀਡੀਓ ਵਿੱਚ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤਾਂ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਔਰ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਉਹ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਜਿਹੜੀ ਉਹ ਲੈ ਕੇ ਆਂਦਾ ਹੀ ਰਵਾਂਗਾ ਤੇ ਤੁਸੀਂ ਇਸੇ ਨਾਲ ਕਿਸੇ ਵੀ ਗਵਰਨਮੈਂਟ ਜੌਬ ਦੀ ਗੱਲ ਤਿਆਰੀ ਕਰ ਰਹੇ ਹੋ ਉਸ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਤੁਸੀਂ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਸਭ ਤੋਂ ਪਹਿਲਾਂ ਗੱਲ ਕਰ ਲੈਣੀ ਹੈ ਜੀ ਇਹ ਰਿਕਰੂਟਮੈਂਟ ਜਿਹੜੀ ਹੈ ਉਹ ਆਊਟ ਕੀਤੀ ਗਈ ਹੈ ਜੀ ਜਿਹੜੀ ਹੈਗੀ ਇਨਫੋਸਿਸ ਵੱਲੋਂ ਇਨਫੋਸਿਸ ਵੱਲੋਂ ਇਹ ਜਾਰੀ ਕੀਤੀ ਗਈ ਜਿੱਦਾਂ ਕਿ ਸਤ ਅਨੁਸਾਰਿਆ ਨੂੰ ਪਤਾ ਹੀ ਹੈ ਬਹੁਤ ਹੀ ਬੈਸਟ ਕੰਪਨੀ ਹੈ ਔਰ ਇਸ ਦੇ ਵਿੱਚ ਬਹੁਤ ਵਧੀਆ ਵਰਕ ਕਲਚਰ ਵੀ ਰਹਿੰਦਾ ਹੈ ਔਰ ਤੁਹਾਨੂੰ ਇਹਦੇ ਵਿੱਚ ਕਾਫੀ ਓਪਰਚ्युनिटीज ਜਿਹੜੀਆਂ ਨੇ ਅੱਗੇ ਵੀ ਮਿਲਦੀਆਂ ਨੇ ਆਪਣੇ ਆਪ ਨੂੰ ਪ੍ਰੋਮੋਟ ਕਰਨ ਦੇ ਲਈ ਇੱਥੇ ਮੇਲ ਤੇ ਫੀਮੇਲ ਦੋਨੋਂ ਹੀ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਇਹਦੇ ਲਈ ਸਿਰਫ ਔਰ ਸਿਰਫ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਕਿਸੇ ਥਰਡ ਪਾਰਟੀ ਕਿਸੇ ਹੋਰ ਮੈਂ ਤੁਹਾਨੂੰ ਕਿਸੇ ਵੀ ਨੰਬਰ ਨਹੀਂ ਕਰ ਸਕਦੇ ਹੋ ਠੀਕ ਹੈ ਜੀ ਕੋਈ ਅਗਰ ਔਰ ਸਭ ਤੋਂ ਮੇਨ ਚੀਜ਼ ਇਹ ਹੈ ਕਿਸੇ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਫੀ ਜਿਹੜੀ ਇਨਫੋਸਿਸ ਉਹ ਕਦੀ ਨਹੀਂ ਮੰਗਦਾ ਸੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਜੀ ਅਪਲਾਈ ਕਰਨ ਤੋਂ ਪਹਿਲਾਂ ਔਰ ਕਦੀ ਤੁਹਾਨੂੰ ਕਾਲ ਵੀ ਆਉਂਦੀ ਹੈ ਕਿ ਤੁਹਾਨੂੰ ਪੈਸੇ ਦੇ ਦੋ ਅਸੀਂ ਤੁਹਾਨੂੰ ਜਿਹੜੇ ਜੋਬ ਜੁਆਇਨ ਕਰਵਾ ਦਿੰਨੇ ਆ ਤਾਂ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਪੇਮੈਂਟ ਜਿਹੜੀ ਹੈ ਜੀ ਉਹ ਨਹੀਂ ਕਰਨੀ ਹੋਵੇਗੀ ਨੈਕਸਟ ਹੈਗੀ ਇਹ ਪੋਸਟ ਨੇਮ ਜਿਸਦੇ ਵੀ ਸਭ ਤੋਂ ਪਹਿਲਾਂ ਕਿ ਪ੍ਰੋਸੈਸ ਐਗਜ਼ੀਕਿਊਟਿਵ ਦੀ ਵੈਕੈਂਸੀਸ ਨੇ ਔਰ ਬਿਲਕੁਲ ਪਰਮਨੈਂਟ ਜੌਬ ਹੈ ਤੁਹਾਡੀ ਇਹ ਪ੍ਰਾਈਵੇਟ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਕਿ ਇਸ ਦੇ ਵਿੱਚ ਤੁਹਾਨੂੰ ਕੀ ਕਰਨਾ ਹੋਏਗਾ ਕੀ ਕੀ ਦੀ ਜੌਬ ਰਿਸਪੌਂਸਿਬਿਲਿਟੀਆਂ ਰਹਿਣ ਵਾਲੀਆਂ ਨੇ ਤਾਂ ਇਸ ਦੇ ਵਿੱਚ ਤੁਹਾਨੂੰ ਫਾਲੋ ਕਰਨੇ ਪੈਣਗੇ ਜਿਹੜੇ ਪ੍ਰੋਸੀਜਰ ਹੈਗੇ ਨੇ ਪ੍ਰੋਸੈਸ ਹੈਗੇ ਨੇ ਕੰਪਨੀ ਦੇ ਉਹ ਸਾਰੇ ਤੁਹਾਨੂੰ ਫਾਲੋ ਕਰਨੇ ਹੋਣਗੇ ਜੀ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਆਪਣਾ ਐਕਸਪੀਰੀਅੰਸ ਜਿਹੜਾ ਉਹ ਸ਼ੇਅਰ ਕਰਨਾ ਹੈ ਫੈਕਲਟੀ ਨਾਲ ਔਰ ਆਪਣੀ ਜਿਹੜ ਜਿਹੜੇ ਨੇ ਉਹ ਡਿਲੀਵਰ ਕਰਨੇ ਹੋਣਗੇ ਜਿਹੜਾ ਵੀ ਕੋਈ ਪ੍ਰੋਸੈਸ ਆਂਦਾ ਹੈ ਤੁਹਾਨੂੰ ਉਹਨੂੰ ਅਡਾਪਟ ਕਰਨਾ ਪਏਗਾ ਔਰ ਇਸੇ ਦੇ ਨਾਲ ਤੁਸੀਂ ਜਿਹੜੇ ਕਲਾਇੰਟ ਦੇ ਜੋ ਵੀ ਆਰਡਰਸ ਹੋਣਗੇ ਉਹ ਤੁਹਾਨੂੰ ਜਿਹੜੇ ਫੁੱਲਫਿਲ ਉਹ ਕਰਨੇ ਪੈਣਗੇ ਜੀ ਇੰਟਰਨਲੀ ਵੀ ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਆ ਇਸ ਦੇ ਵਿੱਚ ਤੁਹਾਡੇ ਕੋਲ ਕੀ ਕੀ ਮੇਨ ਜਿਹੜੀਆਂ ਐ ਐਕਸਕੀਲਸ ਨੇ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਕੋਲ ਮੇਨ ਇਹਨਾਂ ਨੇ ਕੋਈ ਜਿਹੜਾ ਕਿਸੇ ਤਰ੍ਹਾਂ ਦਾ ਐਕਸਪੀਰੀਅੰਸ ਨਹੀਂ ਮੰਗਿਆ ਲੇਕਿਨ ਤੁਹਾਨੂੰ ਜਿਹੜੇ ਨਵੇਂ-ਨਵੇਂ ਪ੍ਰੋਸੈਸ ਹੋਣਗੇ ਉਹਨਾਂ ਨੂੰ ਜਲਦੀ ਜਲਦੀ ਲਰਨ ਕਰਨਾ ਹੋਵੇਗਾ ਠੀਕ ਹੈ ਜੀ ਕਮਿਊਨੀਕੇਸ਼ਨ ਲੈਵਲ ਤੁਹਾਡ ਤੁਹਾਡੀ ਅਪਰੋਚ ਜਿਹੜੀ ਹੈ ਜੀ ਉਹ ਉਹਨੂੰ ক্লোਜ਼ ਕਰਨ ਦੀ ਹੋਣੀ ਚਾਹੀਦੀ ਹੈ ਇਸੇ ਦੇ ਨਾਲ ਅਪਲਾਈ ਆਨਲਾਈਨ ਸਟਾਰਟ ਹੋ ਚੁੱਕਿਆ ਜੀ ਆਲਰੇਡੀ ਕੋਈ ਵੀ ਜਿੱਦਾਂ ਲਾਸਟ ਡੇਟ ਇਹਦੇ ਵਿੱਚ ਨਹੀਂ ਹੁੰਦੀ ਕਿਸੇ ਵੀ ਪ੍ਰਾਈਵੇਟ ਫਾਰਮ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਪ੍ਰੋਸੈਸ ਐਗਜ਼ੀਕਿਊਟਿਵ ਦੀ ਵੈਕੈਂਸੀ ਹੈ ਐਲੀਜੀਬਿਲਿਟੀ ਦੀ ਅਗਰ ਅਸੀਂ ਗੱਲ ਕਰਦੇ ਹਾਂ ਇੱਥੇ ਤਾਂ ਐਲੀਜੀਬਿਲਿਟੀ ਜਿਹੜੀ ਕੈਂਡੀਡੇਟ ਜਿਹਨਾਂ ਦੀ ਗ੍ਰੈਜੂਏਸ਼ਨ ਹੈਗੀ ਹੈ ਤੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਹ ਕੈਂਡੀਡੇਟ ਇਹਦੇ ਲਈ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਮਿਨਿਮਮ apply ਕਰ ਸਕਦੇ ਹੂੰ ਉਸੇ ਦੇ ਨਾਲ ਤੁਹਾਨੂੰ ਕੋਈ ਐਪਲੀਕੇਸ਼ਨ ਫੀ ਪੇ ਨਹੀਂ ਕਰਨੀ ਹੋਏਗੀ ਜੀ ਔਰ ਲਿੰਕ ਦੀ ਅਗਰ ਮੈਂ ਗੱਲ ਕਰ ਰਿਹਾ تھے ਤੁਸੀਂ ਦੇਖ ਪਾ ਰਹੇ ਹੋ ਜੀ ਇਹ ਲਿੰਕ ਦਿੱਤਾ ਹੋਇਆ ਹੈ ਤੇ ਤੁਸੀਂ ਕਲਿੱਕ ਕਰਕੇ ਜਿਹੜਾ ਉਹ ਕਰ ਲੈਣਾ ਹੈ ਜੀ ਲਿੰਕ ਕਲਿੱਕ ਕਰੋਗੇ ਤਾਂ ਆਨਲਾਈਨ ਦੀ ਵੈਬਸਾਈਟ ਚਲੇ ਜਾਓਗੇ ਉੱਥੇ ਰਜਿਸਟ੍ਰੇਸ਼ਨ ਕਰਕੇ ਆਪਣਾ CV ਇੱਕ ਅਪਲੋਡ ਕਰਨਾ ਹੋਏਗਾ ਔਰ ਦੈਨ ਤੁਸੀਂ ਉਸ ਤੋਂ ਬਾਅਦ ਆਪਣੀ ਸਾਰੀ ਡਿਟੇਲ ਭਰ ਕੇ ਸਬਮਿਟ ਕਰਨਾ ਹੈ ਐਪਲੀਕੇਸ਼ਨ ਤਾਂ ਕੋਈ ਭਰਨੀ ਨਹੀਂ ਹੈ ਸੋ ਜਲਦੀ ਨਾਲ ਜਾ ਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਲਵੋ ਜੀ ਸੋ ਇਹ ਨੋਟੀਫਿਕੇਸ਼ਨ ਹੈ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਜੀ ਜੋ ਕਿ ਇਨਫੋਸਿਸ ਵੱਲੋਂ ਹੈ ਸੋ ਤੁਹਾਡੀ ਰਹਿਣ ਵਾਲੀ ਹੈ ਘਰ ਤੋਂ ਕੰਮ ਕਰਨਾ ਹੈ ਬਾਕੀ ਸਾਰਾ ਪ੍ਰੋਸੈਸ ਔਰ ਟ੍ਰੇਨਿੰਗ ਜਿਹੜੀ ਹੈ ਜੀ ਤੁਹਾਨੂੰ ਗਾਈਡ ਕੀਤੀ ਹੀ ਜਾਏਗੀ ਸੋ ਉਸ ਦੀ ਤੁਸੀਂ ਟੈਨਸ਼ਨ ਜਿਹੜੀ ਹੈ ਉਹ ਨਹੀਂ ਲੈਣੀ ਜੀ ਸੋ ਇਹ ਅੱਜ ਦਾ ਨੋਟੀਫਿਕੇਸ਼ਨ ਹੈ ਜਿਹੜਾ ਕਿ ਆਊਟ ਕੀਤਾ ਗਿਆ ਇਨਫੋਸਿਸ ਵੱਲੋਂ ਤੇ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਿੱਤਾ ਹੈ ਜਲਦੀ ਨਾਲ ਜਾ ਕੇ ਇਹਦੇ ਲਈ ਅਪਲਾਈ ਤੁਸੀਂ ਕਰ ਲਵੋ ਜੀ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ